ਪ੍ਰਧਾਨ, ਇੱਕ ਗੱਲ ਨੋਟ ਕੀਤੀ ਤੂੰ, ਇੱਕ ਆਮ ਬੰਦੇ ਦੇ ਫੋਨ ਦੇ ਵਿੱਚ 300 ਮਿਨੀਮਮ, 300 ਜਾਂ ਵੱਧ ਤੋਂ ਵੱਧ 400 ਕਹਿ ਲਓ, ਆਪਾਂ 300 ਲੈ ਕੇ ਚੱਲਦੇ ਹਾਂ ਕਿ 300 ਨੰਬਰ ਹੁੰਦਾ ਹੀ ਹੁੰਦਾ ਕੰਟੈਕਟ ਲਿਸਟ ਵਿੱਚ। ਉਹਨਾਂ 300 ਨੰਬਰਾਂ ਦੇ ਵਿੱਚੋਂ 250 ਨੰਬਰ ਇੱਦਾਂ ਦਾ ਹੁੰਦਾ ਹੈ ਜਿਨ੍ਹਾਂ ਦੀ ਸਾਨੂੰ ਕਦੇ ਲੋੜ ਹੀ ਨਹੀਂ ਪੈਂਦੀ, ਐਵੇਂ ਬਸ ਸੇਵ ਕਰਕੇ ਰੱਖੇ ਹੁੰਦੇ ਆਪਾਂ। ਮਗਰ ਬਚੇ 50। ਹੁਣ 50 ਨੰਬਰਾਂ ਦੇ ਵਿੱਚੋਂ 40 ਨੰਬਰ ਇੱਦਾਂ ਦੇ ਹੁੰਦੇ ਆ ਜਿਨ੍ਹਾਂ ਨੂੰ ਤੁਸੀਂ ਸਿਰਫ ਉਦੋਂ ਯਾਦ ਕਰਨੇ ਆ ਕਿ ਭੋਗ ਆ, ਅਖੰਡ ਪਾਠ ਸਾਹਿਬ ਦਾ ਘਰ ਆ ਜਾਈ ਯਾਰ, ਜਾਂ ਪਾਰਟੀ ਆ, ਜਾਂ ਆਪਾਂ ਚਲੋ ਉੱਦਾਂ ਹੀ ਬਾਹਰ ਕਿਤੇ ਘੁੰਮਣ ਫਿਰਨ ਚੱਲਦੇ ਹਾਂ, ਇੱਦਾਂ ਦੀਆਂ ਗੱਲਾਂ ਬਾਤਾਂ। ਹੁਣ ਉਹ 40ਆਂ ਦੇ ਵਿੱਚੋਂ ਮਗਰ ਬਚੇ 10, ਅਤੇ 10ਾਂ ਦੇ ਵਿੱਚੋਂ 8 ਕੰਟੈਕਟ ਤੁਹਾਡੀ ਲਿਸਟ ਵਿੱਚ ਇੱਦਾਂ ਦੇ ਹੁੰਦੇ ਆ ਜਿਹੜੇ ਤੁਹਾਡੇ ਯਾਰ ਦੋਸਤ ਪੱਕੇ, ਕੁਝ ਰਿਸ਼ਤੇਦਾਰ ਹੁੰਦੇ ਆ। ਪਰ ਫਿਰ ਵੀ ਜੇ ਤੁਸੀਂ ਐਟੀਟਿਊਡ ਦਿਖਾਉਂਦੇ ਆ, ਤੁਸੀਂ ਕਾਲ ਨਹੀਂ ਕਰਦੇ, ਤਾਂ ਉਹ ਕਹਿੰਦੇ ਕਿ ਸਾਨੂੰ ਵੀ ਕੀ ਲੋੜ ਆ, ਆਪਾਂ ਵੀ ਨਹੀਂ ਕਰਨਾ। ਹੁਣ ਮਗਰ ਬਚੇ 2। ਹੁਣ ਜਿਹੜੇ ਆ ਮਗਰ 2 ਬਚਦੇ ਆ ਨਾ, ਇਹਨਾਂ ਦੇ ਨਾਲ ਤੁਸੀਂ ਜਿੰਨਾ ਮਰਜ਼ੀ ਐਟੀਟਿਊਡ ਦਿਖਾ ਲਓ, ਜਿੰਨਾ ਮਰਜ਼ੀ ਰੂਡ ਹੋ ਜਾਓ, ਪਰ ਉਹਨਾਂ ਹਮੇਸ਼ਾ ਤੁਹਾਡੀ ਤੰਦਰੁਸਤੀ ਮੰਗਣੀ ਆ, ਹਮੇਸ਼ਾ ਤੁਹਾਨੂੰ ਅੱਗੇ ਅੱਗੇ ਵਾਧਾ ਦੇਖਣਾ ਚਾਹੁੰਦੇ ਆ। ਅਤੇ ਉਹ 2 ਨੰਬਰ ਹੁੰਦੇ ਆ, ਇੱਕ ਤੁਹਾਡਾ ਬਾਪ, ਦੂਜੀ ਤੁਹਾਡੀ ਬੇਬੇ। ਇਸ ਕਰਕੇ ਕੁਝ ਵੀ ਹੋ ਜਾਏ, ਉਹਨਾਂ ਦੀ ਕਾਲ ਕਦੇ ਇਗਨੋਰ ਨਹੀਂ ਕਰਨੀ। ਠੀਕ ਹੈ ਜੀ, ਤੁਹਾਨੂੰ ਸਾਰਿਆਂ ਨੂੰ